ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਘੁੰਮਣ ਗੇਮਿੰਗ। ਅੱਜ ਅਸੀਂ ਫਿਰ ਤੋਂ ਖੇਲਣ ਜਾ ਰਹੇ ਹਾਂ ਫੋਰਜ਼ਾ ਹਾਰਾਈਜ਼ਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਅੱਜ ਆਪਾਂ ਚਲਾਵਾਂਗੇ ਫਾਈਨਲੀ ਰੇਂਜ ਰੋਵਰ। ਨੈਵੀਗੇਸ਼ਨ ਆਪਾਂ ਲਾ ਲੈਣੇ ਕਿੱਥੇ ਨੂੰ ਲੈ ਕੇ ਜਾਣਾ। ਚਲੋ ਫਿਰ ਲਾ ਲਈਏ ਕਿੱਥੇ ਜਾਣਾ ਆਪਾਂ। ਓ ਸੋਰੀ, ਆਪਾਂ ਵਾਲੇ ਇੱਥੇ ਆ ਨਾ, ਥੋੜ੍ਹੀ ਜਿਹੀ ਦੂਰ ਚੱਲਦੇ ਹਾਂ ਇੱਥੋਂ। ਇੱਥੇ ਵੀ ਨਹੀਂ, ਕਿੱਥੇ ਜਾਈਏ। ਚਲੋ ਯਾਰ ਇੱਥੇ ਚੱਲਦੇ, ਹਾਈਵੇ ਆਊਗਾ ਵਿੱਚ। ਨਹੀਂ ਯਾਰ, ਹਾਈਵੇ ਨੇ ਤਾਂ ਸ਼ੋਰਟਕਟ ਪੈ ਜਾਣਾ। ਇੱਥੇ ਚੱਲਦੇ ਹਾਂ। ਹਾਂ ਠੀਕ ਹੈ, ਇਹਨੇ ਖਾਈ ਵੀ। ਚਲੋ ਫਿਰ ਚੱਲਦੇ ਹਾਂ। ਯੂਅਰ ਸੀਅਰ ਪਾ ਲਿਆ ਆਪਾਂ, ਤੈਨੂੰ ਕਰਕੇ turn around when it is safe to do so. ਅੱਜ ਨਾ ਇੱਦਾਂ ਕਰਕੇ ਚਲਾਉਣਾ, ਇੱਦਾਂ ਜ਼ਿਆਦਾ ਸਵਾਦ ਹੁੰਦਾ। ਪਿਕਅਪ ਯਾਰ ਇਹਦਾ ਵੀ ਘੱਟ ਹੈ, ਚੌਥੇ ਗੇਅਰ 'ਤੇ ਜਾ ਕੇ 120 'ਤੇ ਜਾਂਦੀ ਹੈ। ਡਿਗਰੀ ਠੋਕ ਲੈਣੀ ਤਾਂ ਜਿੱਦਾਂ ਮੈਂ ਕਰਦਾ, ਜਿੱਥੋਂ ਤੱਕ ਲੱਗਦਾ ਮੈਨੂੰ। ਨਹੀਂ ਕਰਨੀ ਹੁਣ, ਇੱਥੇ ਲੋੜ ਸੀ। ਟਰਨ ਸ਼ਾਰਪ ਲੈਫਟ, ਥੋੜ੍ਹੀ ਜਿਹੀ ਬਚਾਈ। ਯਾਰ ਆ ਚਲਣੀ ਆ ਗਈ, ਜਦੋਂ ਥੋੜ੍ਹੀ ਜੀ ਆਈ ਸੀ ਬੇਇੱਜ਼ਤੀ ਕਰਾਣੀ।
ਚਾਲੀ ਕਿ ਨਹੀਂ ਫਿਰ ਇੱਦਾਂ ਬਚਾ ਨਹੀਂ ਰੇਂਜ ਰੋਵਰ ਚਲਾ ਕੇ ਸਵਾਦ ਜਾ ਕਿਉਂ ਡਰਿਫਟਾਂ ਮਾਰਦਾ ਮੈਂ ਮੀਂਹ ਪੈ ਰਿਹਾ ਯਾਰ ਪਲਚ ਨਹੀਂ ਘੈਂਟ ਦੀ ਆ ਪਹਿਲਾਂ ਜੇ ਨਾ ਮਾਰਦਾ ਤੂੰ ਵੀ ਦੋ ਤਿੰਨ ਸੈਕਿੰਡ ਵੀ ਲੇਟ ਮਾਰ ਦੇਣਾ ਘੈਂਟ ਪੱਕਾ ਜਾਂਦਾ ਮੈਂ ਇਸੇ ਕਰ ਦੋ ਬਚਣਾ ਤਾਂ ਜੇ ਮੈਂ ਬ੍ਰੇਕ ਮੈਨੂੰ ਮੇਰੇ ਕੋਲ ਪੂਰਾ ਕੌਨਫੀਡੈਂਸ ਸੀ ਮੈਂ ਉਸ ਖੰਭੇ ਜੇ ਮੈਂ ਨਾ ਕਾਂਦਾ ਪਰ ਬਚਣਾ ਹੀ ਬਚਣਾ ਜੇ ਬ੍ਰੇਕ ਨਾ ਲਾ ਕਿਆ ਹੋ ਗਿਆ ਰੋਜ਼ ਤਾਂ ਆ ਜਾਂਦਾ ਇਸ ਮੋੜ ਦਾ ਮੈਨੂੰ ਪਤਾ ਸੀ ਇੱਧਰ ਹੀ ਖੰਭਾ ਬਚਾ ਲਿਆ ਆਪਾਂ ਯਾਰ ਮੈਂ ਨਾ ਕਿਸੇ ਕਿਹਾ ਸੀ ਪਰ ਬੁਗਾਟੀ ਵਗੈਰਾ ਤਾਂ ਹੈ ਨਹੀਂ ਕਿ ਇੱਧਰ ਹੀ ਰੋਕ ਮਾਰ ਦਿੰਦੀ ਐਸਯੂਵੀ ਹੈ ਓਬਵੀਅਸ ਤਾਂ ਕਿੱਦਾਂ ਹੀ ਹੋਣਾ ਜਦ ਮੈਨੂੰ ਮਾਰ ਨਹੀਂ ਨੈਵੀਗੇਸ਼ਨ ਕੰਪਲੀਟ ਕਰਕੇ ਇੱਥੇ ਰਾਈਟ ਐਟ ਯੂਰ ਡੈਸਟੀਨੇਸ਼ਨ ਕੁੱਤਾ ਵੀ ਆ ਉਰੇ ਸੋ ਕੁਝ ਚੰਗੀ ਗੱਲ ਹਲੋ ਕੁੱਤਾ ਉੱਪਰ ਦਾ ਮਾਈਕ ਤੇ ਹੱਥ ਹੋ ਜੇ ਕੁੱਤੀ ਨਾਲ ਕਿੱਥੇ ਲਾ ਰਹੇ ਹੋ ਗੱਡੀ ਜਗ੍ਹਾ ਜਗ੍ਹਾ ਦੇਖ ਰਹੇ ਲੱਗ ਜਾ ਕੇ ਲਾਉਣ ਜੋ ਕੀ ਵੀ ਹੈ ਇੱਥੇ ਲਾ ਦੇ ਲਾਈਏ ਕਿੱਥੇ
ਕੁੱਤੇ ਨੂੰ ਕਿਆ ਹੋ ਜਾਂਦਾ ਬਾਹਰ ਬਾ। ਹਾਂ ਆਹ ਜਗ੍ਹਾ ਮਿਲੀ ਹੈ ਨਾ ਹੁਣ ਘੈਂਟ ਜੀ, ਬਸ ਇੱਥੇ ਲਾ ਦਿੰਦੇ ਹਾਂ, ਕੋਈ ਚੱਕਰ ਨਹੀਂ, ਇੱਧਰ ਤਾਂ ਗੱਡੀ ਦਿਖਣੀ ਨਹੀਂ। ਚਲੋ ਗਾਇਸ ਇਸ ਵੀਡੀਓ 'ਚ ਇੰਨਾ ਹੀ ਕਾਫੀ ਆ, ਮਿਲਦੇ ਆ ਅਗਲੀ ਵੀਡੀਓ 'ਚ। ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।